ਗਰੇਵਾਲ ਇਸ ਵਕਤ ਹਮਾਰੇ ਸਾਥ ਮੌਜੂਦ ਹੈ ਔਰ ਬਾਤਚੀਤ ਕਰਾਂਗੇ ਗਰੇਵਾਲ ਸਾਹਿਬ ਦਿੱਲੀ ਨੂੰ ਚੱਲੇ ਸੀ ਤੁਸੀਂ ਕਿਹਾ ਸੀ ਦਿੱਲੀ ਇਹ ਇਕੱਠ ਪਰੇਸ਼ਾਨ ਕਰੂਗਾ ਪਰੇਸ਼ਾਨ ਵੀ ਕੀਤਾ ਤੇ ਇਤਿਹਾਸ ਮਹਾਨ ਵੀ ਕਰ ਲਿਆ ਕਿੰਨੀ ਜਿੱਤ ਦੀ ਖੁਸ਼ੀ ਹੈ ਕੀ ਕਹੋਗੇ ਬਹੁਤ ਖੁਸ਼ੀ ਹੈ ਮੇਰੇ ਵੀਰ ਇਹ ਸਭ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ ਉਹਨਾਂ ਨੇ ਆਪ ਹਾਜ਼ਰ ਹੋ ਕੇ ਇਸ ਮੋਰਚੇ 'ਤੇ ਸਾਨੂੰ ਇਤਿਹਾਸਕ ਜਿੱਤ ਸਾਡੀ ਝੋਲੀ 'ਚ ਪਾਈ ਹੈ ਸੋ ਬਾਕੀ ਇਹ ਜਿਹੜੀ ਸਾਰੀ ਮਿਹਨਤ ਹੈ ਜਥੇਬੰਦੀਆਂ ਦੀ ਮਿਹਨਤ ਹੈ ਔਰ ਪੂਰੇ ਮੁਲਕ ਦੇ ਕਿਸਾਨਾਂ ਦੀ ਮਿਹਨਤ ਹੈ ਸਾਡੇ ਬਜ਼ੁਰਗਾਂ ਦੀ ਸਾਡੀਆਂ ਮਾਵਾਂ ਦੀ ਔਰ ਖਾਸ ਤੌਰ 'ਤੇ ਸਾਡੇ ਨੌਜਵਾਨ ਭਰਾਵਾਂ ਨੇ ਜਿਹੜੀ ਹਿੰਮਤ ਮਾਰੀ ਹੈ ਸੋ ਮੇਰੇ ਖਿਆਲ 'ਚ ਇਕੱਲੀ ਇਕੱਲੀ ਕਲਾਸ ਦੀ ਤੁਹਾਡੀ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਕਲਾਕਾਰ ਭਰਾਵਾਂ ਦਾ ਫਿਲਮ ਮੇਕਰਾਂ ਦਾ ਸੋ ਸਾਰਿਆਂ ਦਾ ਮੇਰੇ ਖਿਆਲ 'ਚ ਰਲ ਮਿਲ ਕੇ ਇੱਕ ਬੜੀ ਕਮਾਲ ਦੀ ਕੋਲੈਬੋਰੇਸ਼ਨ ਹੈ ਜਿਹੜੀ ਅੱਜ ਇਹ ਜਿੱਤ ਕੇ ਵਾਪਸ ਆਪਾਂ ਕਰਨ ਆਏ ਹਾਂ ਸਾਰੇ ਪਹਿਲੇ ਦਿਨ ਤੋਂ ਤੁਸੀਂ ਬਜ਼ੁਰਗਾਂ ਦੇ ਹੋਸ਼ ਅਤੇ ਨੌਜਵਾਨਾਂ ਦੇ ਜੋਸ਼ ਦੀ ਗੱਲ ਕਰਦੇ ਆਏ ਹੋ ਕਾਫੀ ਤੁਸੀਂ ਲੋਕਾਂ ਨੂੰ ਸਮਝਾਇਆ ਵੀ ਹੈ ਇਹ ਉਹੀ ਥਾਂ ਹੈ ਜਿੱਥੋਂ ਮੋਰਚੇ ਨੇ ਜ਼ੋਰ ਪਕੜਿਆ ਸੀ ਪੰਜਾਬ ਤੋਂ ਜਦੋਂ ਆਏ ਸੀ ਆਂਸੂ ਗੈਸ ਦੇ ਗੋਲੇ ਹੋਣ ਬੈਰੀਕੇਡ ਹੋ ਵਾਟਰ ਕੈਨਨ ਇੱਥੇ ਹੀ ਸਭ ਤੋਂ ਜ਼ਿਆਦਾ ਚੱਲੀਆਂ ਸੀ ਅੱਜ ਇੱਥੇ ਪਹੁੰਚ ਕੇ ਕਿੰਨਾ ਖੁਸ਼ ਮਹਿਸੂਸ ਕਰ ਰਹੇ ਹੋ ਬੜੀ ਖੁਸ਼ੀ ਹੈ ਦੇਖੋ ਜੰਗ ਦਾ ਮੇਰੇ ਖਿਆਲ 'ਚ ਇਹੀ ਰੂਪ ਹੁੰਦਾ ਔਰ ਇਹੀ ਹੋਣਾ ਚਾਹੀਦਾ ਹਣਾ ਜੇ ਦੋਨੇ ਪਾਸਿਓਂ ਹੋ ਰਹੀ ਹੈ ਗੱਲਬਾਤ ਤਾਂ ਉਹੀ ਜੰਗ ਹੈ ਸੋ ਪਰ ਖੂਬਸੂਰਤੀ ਇਹ ਹੈ ਕਿ ਸਾਡੇ ਲੋਕਾਂ ਨੇ ਸਾਡੇ ਬਜ਼ੁਰਗਾਂ ਨੇ ਪੂਰੀ ਸ਼ਿੱਦਤ ਦੇ ਨਾਲ ਪੂਰੀ ਦਲੇਰੀ ਦੇ ਨਾਲ ਜਿਸ ਤਰ੍ਹਾਂ ਦਾ ਰਵੱਈਆ ਇਸ ਕੌਮ ਦਾ ਜਾਣਿਆ ਜਾਂਦਾ ਪੂਰੀ ਦੁਨੀਆ ਦੇ ਵਿੱਚ ਉਸੇ ਰਵੱਈਏ ਨਾਲ ਲੜੀ ਹੈ ਔਰ ਲਗਾਤਾਰ ਲੜੀ ਹੈ ਔਰ ਉਹਦੇ 'ਚ ਕਿਤੇ ਨਾ ਕਿਤੇ ਸਹਿਜ ਜ਼ਰੂਰ ਸੀਗਾ ਮਰਿਆਦਾ ਤੋਂ ਬਾਹਰ ਨਹੀਂ ਹੋਏ ਸਾਡੇ ਲੋਕ ਸੋ ਬੜੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਅੱਜ ਉਹੀ ਸਰਕਾਰਾਂ ਉਹੀ ਨੇਤਾ ਕਹਿ ਰਹੇ ਨੇ ਆਪਾਂ ਵੱਡਾ ਦਿਲ ਦਿਖਾਇਆ ਜਿਹੜੇ ਕਹਿੰਦੇ ਸੀ ਵੀ ਕਾਨੂੰਨ ਵਾਪਸੀ ਦੀ ਗੱਲ ਛੱਡ ਦਿਓ ਹੋਰ ਕੋਈ ਮੁੱਦਾ ਤਾਂ ਗੱਲ ਕਰੋ ਦੇਖੋ ਇਹ ਤਾਂ ਸਭ ਨੂੰ ਪਤਾ ਸੀ ਸਾਡੇ ਬਜ਼ੁਰਗਾਂ ਨੂੰ ਅਸੀਂ ਪੁੱਛਦੇ ਹੁੰਦੇ ਸੀ ਬਾਪੂ ਕੀ ਬਣੂਗਾ ਕਹਿੰਦੇ ਹੁੰਦੇ ਸੀ ਬਹੁਤ ਅੰਦੋਲਨ ਲੰਬਾ ਜਾ ਸਕਦਾ ਆ ਖੜੇ ਆ ਬਜ਼ੁਰਗ ਸਾਰੇ ਉਹੀ ਬਾਪੂ ਨੇ ਸਰ ਕਿ ਲੰਬਾ ਜਾ ਸਕਦਾ ਅੰਦੋਲਨ ਪਰ ਇਹ ਨਹੀਂ ਹੋ ਸਕਦਾ ਕਿ ਆਪਾਂ ਹਾਰ ਕੇ ਘਰੇ ਆ ਜਾਈਏ ਸੋ ਇਸ ਕਰਕੇ ਇਹਨਾਂ ਦੀਆਂ ਉਹਨਾਂ ਦਲੀਲਾਂ ਤੇ ਇਹਨਾਂ ਦੀਆਂ ਉਹ ਕਿਆਸਰਾਈਆਂ ਤੇ ਸਾਰੀਆਂ ਤੇ ਅੱਜ ਪੂਰ ਚੜਿਆ ਸਾਨੂੰ ਵੀ ਖੁਸ਼ੀ ਹੈ ਕਿ ਸਾਡੇ ਬਜ਼ੁਰਗ ਚੜ੍ਹਦੀ ਕਲਾ 'ਚ ਅੱਜ ਪੂਰੇ ਹੌਸਲੇ 'ਚ ਹੈ ਇਤਿਹਾਸ ਦੁਆਰਾ ਦੁਹਰਾਇਆ ਗਿਆ ਔਰ ਸਾਡੀ ਨੌਜਵਾਨੀ ਨੂੰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਜਦੋਂ ਅਸੀਂ ਸਾਰੇ ਇੱਕ ਹੋ ਕੇ ਲੜਦੇ ਹਾਂ ਹਨਾ ਜਿਹਦੇ ਅਸੀਂ ਇੱਕ ਦੇ ਹੀ ਹਾਂ ਅਸੀਂ ਉਹ ਠੀਕ ਹੈ ਵੱਖਰੀ ਗੱਲ ਅੱਜ ਸਮਾਜਿਕ ਲੈਵਲ ਤੇ ਅਸੀਂ ਵੱਖੋ ਵੱਖ ਹੋਏ ਪਏ ਹਾਂ ਭਾਵੇਂ ਧਰਮ ਦਾ ਫਲਸਫਾ ਹੈ ਭਾਵੇਂ ਸਾਡੀ ਰਾਜਨੀਤੀ ਗੰਧਲੀ ਹੋਈ ਪਈ ਹੈ ਪਰ ਇਸ ਵੇਲੇ ਅਸੀਂ ਇੱਕ ਹੋ ਕੇ ਲੜੇ ਹਾਂ ਤਾਂ ਏਕੇ ਦੀ ਬਰਕਤ ਸਾਨੂੰ ਦਿਖੀ ਹੈ ਦੁਨੀਆ ਦੇਖ ਰਹੀ ਹੈ ਜੇ ਇੱਕ ਹੋ ਕੇ ਲੜੇ ਹਾਂ ਤਾਂ ਅੱਜ ਐਨ ਸ਼ਾਨੋ ਸ਼ੌਕਤ ਨਾਲ ਜਿੱਤ ਕੇ ਆ ਰਹੇ ਹਾਂ ਪੂਰੇ ਵਰਲਡ ਨੇ ਸਾਡਾ ਏਕਾ ਦੇਖਿਆ ਅੱਗੇ ਕੀ ਪਤਾ ਇੱਦਾਂ ਦਾ ਕੋਈ ਮੋਰਚਾ ਨਾ ਲੱਗੇ ਕਿਉਂਕਿ ਇਤਿਹਾਸ ਦਾ ਸਭ ਤੋਂ ਵੱਡਾ ਮੋਰਚਾ ਸਫਲ ਮੋਰਚਾ ਹੈ ਯੂਥ ਨੂੰ ਇਸ ਮੌਕੇ ਤੇ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਫਸਲਾਂ ਤੇ ਨਸਲਾਂ ਦੀ ਲੜਾਈ ਸੀ ਮੈਂ ਸਟੇਜ ਤੇ ਹੀ ਕਹਿ ਕੇ ਆਇਆ ਭਰਾਵਾਂ ਨੂੰ ਕਿ ਜਾਗਦੇ ਰਹੋ ਇੱਕ ਬਾਲਾ ਨਸ਼ਾ ਨਾ ਚੜਾਇਓ ਇਸ ਜਿੱਤ ਦਾ ਬਸ ਇਹਦਾ ਐਨਾਲਿਸਿਸ ਕਰਿਓ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਜਿੱਥੇ ਅਸੀਂ ਕਮਜ਼ੋਰ ਰਹੇ ਜਿੰਨਾ ਕਰਕੇ ਇਹ ਮੋਰਚਾ ਸਾਲ ਚੱਲਿਆ ਔਰ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਖੂਬਸੂਰਤੀ ਨਾਲ ਅਸੀਂ ਸਾਰੇ ਕਰ ਗਏ ਉਹਨਾਂ ਨੂੰ ਹੋਰ ਵਧਾਈਏ ਸੋ ਜੰਗ ਹੈ ਲੜਾਈ ਹੈ ਇੱਕ ਸਾਲ ਦਾ ਸਫ਼ਰ ਸੀ ਸਵਾ ਸਾਲ ਦਾ ਜੋ ਪੰਜਾਬ ਹਰਿਆਣੇ ਦਾ ਇੱਥੋਂ ਦੀ ਕੰਪੇਨ ਲਾਈਏ ਤਾਂ ਬਹੁਤ ਸਾਰੀਆਂ ਚੀਜ਼ਾਂ ਸੀ ਜਿੱਥੇ ਅਸੀਂ ਅਣਜਾਣ ਵੀ ਸੀ ਸੋ ਉਹਨਾਂ ਨੂੰ ਸਿੱਖ ਲੈਣਾ ਔਰ ਜਿਹੜੀਆਂ ਸਿੱਖੀਆਂ ਚੀਜ਼ਾਂ ਨੂੰ ਅਪਲਾਈ ਕਰਾਇਆ ਉਹਨਾਂ ਨੂੰ ਹੋਰ ਸੋਹਣੇ ਤਰੀਕੇ ਅੱਗੇ ਤੋਂ ਲੈ ਕੇ ਆਉਣਾ ਅਤੇ ਬਾਕੀ ਤਾਂ ਰਸੂਖ ਦੀ ਗੱਲ ਹੈ ਬਾਕੀ ਪਰਮਾਤਮਾ ਦੇ ਭਾਣੇ 'ਚ ਰਹਿਣਾ ਸਾਦੀ ਜ਼ਿੰਦਗੀ ਆਪਦੀ ਰੱਖਣੀ ਅਤੇ ਮਿੱਟੀ ਨਾਲ ਮੋਹ ਆਪਦਾ ਦੇਣਾ ਜਾਣੀ ਹੋਰ ਦੁੱਗਣਾ ਕਰਨਾ ਹੈ ਨਾ ਬਸ ਇਹ ਪਰਮਾਤਮਾ ਦੀਆਂ ਬਰਕਤਾਂ ਹੁੰਦੀਆਂ ਇੱਕ ਅੱਜ ਦੇ ਮੌਕੇ ਤੋਂ ਹਟ ਕੇ ਕੁਐਸਚਨ ਪੁੱਛਾਂਗਾ ਕਿ ਆਪਣੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਲੀਡਰ ਸਾਹਿਬਾਨ ਦੀ ਰਾਜਨੀਤੀ 'ਚ ਐਂਟਰੀ ਹੋਣੀ ਚਾਹੀਦੀ ਹੈ ਜਾਂ ਨਹੀਂ ਦੇਖੋ ਸਿਆਣੇ ਆ ਸਾਥੋਂ ਉਹਨਾਂ ਨੂੰ ਪਤਾ ਹੈ ਕਿ ਅੱਗੇ ਕੀ ਕਰਨਾ ਚਾਹੀਦਾ ਹੈ ਬਸ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਇਸ ਅੰਦੋਲਨ ਦੇ ਵਿੱਚ ਅਸੀਂ ਮਹਾਰਾਜ ਨੂੰ ਅਰਦਾਸ ਕੀਤੀ ਸੀ ਕਿ ਜਿੰਨੀ ਜੋਗੇ ਹੈਗੇ ਸਾਥੋਂ ਸੇਵਾ ਜ਼ਰੂਰ ਲਈ ਹਨਾ ਜੇ ਕਿਸਾਨ ਅੱਗੇ ਆਉਣਗੇ ਪੋਲਿਟਿਕਸ ਦੇ ਵਿੱਚ ਆਉਣਗੇ ਤਾਂ ਅਸੀਂ ਤਾਂ ਉਸੇ ਤਰ੍ਹਾਂ ਹੈਲਪ ਫਿਰ ਕਰਾਂਗੇ ਉਸੇ ਤਰ੍ਹਾਂ ਸਾਰੇ ਰਲ ਮਿਲ ਕੇ ਅਨਾਊਂਸਮੈਂਟ ਕਰਾਂਗੇ ਕਿ ਇਸ ਤੋਂ ਸੋਹਣੀ ਗੱਲ ਕੀ ਹੋ ਸਕਦੀ ਹੈ ਕਿ ਜਿਨ੍ਹਾਂ ਦੀ ਇਹ ਮਿੱਟੀ ਹੈਗੀ ਹੈ ਪੰਜਾਬ ਹਰਿਆਣੇ ਦੀ ਉਹੀ ਇਸ ਮਿੱਟੀ ਦੇ ਮਾਲਕ ਹੋਣ ਤਖਤਾਂ 'ਤੇ ਬੈਠਣ ਇਸ ਤੋਂ ਸੋਹਣੀ ਤਾਂ ਵਧੀ ਨਹੀਂ ਹੋ ਸਕਦੀ ਕੋਈ ਹਰਿਆਣਾ ਪੰਜਾਬ ਪਾਣੀ ਨੂੰ ਲੈ ਕੇ ਲਗਾਤਾਰ ਲੜਾਈਆਂ ਦਿਖਾਈਆਂ ਗਈਆਂ ਨੇ ਵੰਡ ਦਿੱਤਾ ਗਿਆ ਸੀ ਇੱਕਾ ਹੋਇਆ ਕਾਫੀ ਜ਼ਿਆਦਾ ਮਜ਼ਬੂਤੀ ਆਈ ਹੈ ਰਿਸ਼ਤਿਆਂ 'ਚ ਦੇਖੋ ਪੋਲੀਟੀਕਲ ਲੈਵਲ 'ਤੇ ਸੀ ਉਹ ਸਾਰੀਆਂ ਗੱਲਾਂ ਹੁਣ ਅਸੀਂ ਪੰਜਾਬ ਹਰਿਆਣਾ ਉੱਥੇ ਸਾਲ ਬੈਠੇ ਹਾਂ ਬਾਰਡਰ 'ਤੇ ਸਾਨੂੰ ਨਹੀਂ ਲੱਗਿਆ ਕਿ ਸਾਡੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਸੀ ਐਂ ਤਾਏ ਚਾਚੇ ਵਾਂਗੂ ਅਸੀਂ ਆਪਦੇ ਹਨਾ ਜਾਣੀ ਤਾਏ ਚਾਚੇ ਦੇ ਪੁੱਤਾਂ ਵਾਂਗੂ ਵਰਤੇ ਅਸੀਂ ਸਾਰੇ ਜੱਫੀਆਂ ਪਈਆਂ ਕੋਈ ਹਰਿਆਣਾ ਹੀ ਸੀ ਉੱਥੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਕਿਸੇ ਚੀਜ਼ ਦੀ ਜਦੋਂ ਇੱਧਰੋਂ ਗਏ ਸੀ ਤਾਂ ਬੈਰੀਗੇਡ ਵੀ ਇਹਨਾਂ ਨੇ ਤੋੜੇ ਹੁਣ ਆਏ ਹਾਂ ਤਾਂ ਫੁੱਲ ਵੀ ਕੁਆਂਟਲਾਂ ਦੇ ਹਿਸਾਬ ਨਾਲ ਇੱਥੇ ਵਰਖਾ ਹੋਈ ਜਾਂਦੀ ਹੈ ਫੁੱਲਾਂ ਦੀ ਮਾਣ ਸਨਮਾਨ ਹੀ ਹੈ ਨਾ ਸੋ ਛੋਟੇ ਭਰਾ ਦਾ ਤਾਂ ਔਰ ਵੱਡੇ ਭਰਾ ਦਾ ਇਹ ਪਿਆਰ ਹੈ ਪਰਮਾਤਮਾ ਅੱਗੇ ਅਰਦਾਸ ਹੈ ਕਿ ਇੱਦਾਂ ਹੀ ਗੂੜਾ ਹੋਇਆ ਰਹੇ ਇੱਦਾਂ ਹੀ ਅਸੀਂ ਸਾਰੇ ਗੁਰੂ ਬਹੁਤ ਧੰਨਵਾਦ ਗਰੇਵਾਲ ਸਾਹਿਬ ਤੋਂ ਬਿਲਕੁਲ ਹੀ ਇੱਥੇ ਕੰਵਰ ਗਰੇਵਾਲ ਸਾਹਿਬ ਜੋ ਬਤਾ ਰਹੇ ਥੇ ਕਿ ਯੁਵਾਓਂ ਕਾ ਜਹਾਂ ਜੋਸ਼ ਥਾ ਵਹੀਂ ਬਜ਼ੁਰਗੋਂ ਕਾ ਹੋਸ਼ ਵੀ ਕਾਮ ਆਇਆ ਅੰਦੋਲਨ ਮੇਂ ਔਰ ਹਰਿਆਣਾ ਨੇ ਜੋ ਪਿਆਰ ਦਿਆ ਉਸੇ ਨਹੀਂ ਭੁਲਾ ਜਾ ਸਕਤਾ ਤੋ ਬੜੀ ਖਬਰ ਇਸ ਵਕਤ ਆਪਕੋ ਬਤਾ ਰਹੇ ਥੇ ਕੰਵਰ ਗਰੇਵਾਲ ਕੋ ਐਕਸਕਲੂਸਿਵ ਆਪ ਅੰਬਾਲਾ ਬ੍ਰੇਕਿੰਗ ਨਿਊਜ਼ ਪਰ ਦੇਖ ਰਹੇ ਥੇ ਸ਼ੇਅਰ ਜ਼ਰੂਰ ਕਰਤੇ ਰਹੀਏਗਾ।